ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਬੇਜ਼ੁਬਾਨ ਜਾਨਵਰਾਂ ਦੀਆਂ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਥੀਏਟਰ ਕਲਾ ਦੀਆਂ ਨੇ, ਜਿੱਥੇ ਪਰਾਲੀ ਦੀ ਨਾੜ ਨੂੰ ਲੱਗੀ ਅੱਗ ਨੇ ਇਹਨਾਂ ਬੇਜ਼ੁਬਾਨਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਤੇ ਇਹ ਜਾਨਵਰ ਬੁਰੀ ਤਰ੍ਹਾਂ ਝੁਲਸ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ ਵਿੱਚ ਮੋਰ ਸਿੰਘ ਨਾਂ ਦੇ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਪਰਾਲੀ ਦੀ ਨਾੜ ਨੂੰ ਅੱਗ ਲਗਾਈ ਸੀ ਤੇ ਅੱਗ ਫੈਲਦੀ ਹੋਈ ਇੱਕ ਪਰਿਵਾਰ ਦੀ ਰਿਹਾਇਸ਼ ਤੇ ਚਲੀ ਗਈ, ਜਿੱਥੇ ਮੌਜੂਦ ਬੇਜ਼ੁਬਾਨ ਜਾਨਵਰ ਵੀ ਇਸ ਅੱਗ ਦੀ ਲਪੇਟ ਦੇ ਵਿੱਚ ਆ ਗਏ ਹਨ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਅੱਗ ਨਾਲ ਜਿੱਥੇ ਉਹਨਾਂ ਦੇ ਜਾਨਵਰ ਬੁਰੀ ਤਰ੍ਹਾਂ ਝੁਲਸ ਗਏ ਨੇ, ਉੱਥੇ ਉਹਨਾਂ ਦੇ ਘਰ 'ਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਹੈ ਤੇ ਫਿਲਹਾਲ ਪੀੜਿਤ ਪਰਿਵਾਰ ਮਦਦ ਦੀ ਗੁਹਾਰ ਕਰ ਰਿਹਾ ਹੈ। ਇਹ ਜੀ ਕਰੀਬ 2.5 ਦੇ ਕਰੀਬ ਲੱਗੀ ਆ ਜੀ, ਇਹ ਲਾਈ ਆ ਜੀ, ਮੋਰ ਸਿੰਘ ਨੇ ਲਾਈ ਆ ਪਿੰਡ ਥੀਏਟਰ ਕਲਾਂ ਤੋਂ ਜੀ, ਅਤੇ ਸਾਡੇ ਨਜ਼ਦੀਕ ਹੀ ਰਹਿੰਦੇ ਜੀ, ਗਵਾਂਢ ਪਿੰਡ ਗਵਾਂਢ ਘਰ ਜੀ, ਅਤੇ ਪਿਛਲੇ ਪਾਸੇ ਉਹਨਾਂ ਦੀ ਪੈਲੀ ਆ ਜੀ ਘਰ ਦੇ ਨਾਲ, ਅਤੇ ਉਹਨਾਂ ਨੇ ਜੀ ਘਰ ਕੋਲੋਂ ਅੱਗ ਲਾਈ ਆਈ ਅਤੇ ਆਪ ਪਾਸੇ ਹੋ ਗਿਆ ਜੀ, ਅਤੇ ਸਾਡੇ ਛੱਪਰ ਨੂੰ ਅੱਗ ਪੈ ਗਈ ਅਤੇ ਸਾਡੇ ਪਸ਼ੂ ਮੱਚ ਗਏ ਜੀ, ਅਤੇ ਸਾਡੇ ਹੋਰ ਵੀ ਨੁਕਸਾਨ ਵਾਹਵਾ ਹੋਇਆ ਜੀ। ਅੰਦਾਜ਼ਾ ਕਿੰਨਾ ਕੁ ਨੁਕਸਾਨ ਹੋਇਆ? ਸਾਡਾ ਹੋ ਗਿਆ ਜੀ 3-4 ਦੇ ਕਰੀਬ ਨੁਕਸਾਨ ਹੋ ਗਿਆ ਜੀ, 3-4 ਲੱਖ ਦੇ। ਸਾਡੀ ਮੰਗ ਆ ਜੀ, ਸਾਡਾ ਨੁਕਸਾਨ ਭਰਾਇਆ ਜਾਵੇ ਜੀ, ਸਾਡੀ ਇਹੀ ਮੰਗ ਆ ਜੀ। ਇਹ ਵਾਹਣ 'ਚ ਲੱਗੇ ਅੰਕਲ ਜੀ, ਅਤੇ ਬਾਲਣ ਨੂੰ ਵੀ ਲੱਗੀ ਹੈ, ਪਸ਼ੂਆਂ ਨੂੰ ਲੱਗ ਗਈ ਹੈ ਗਾਂ, ਅਤੇ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ? ਨੁਕਸਾਨ ਬਹੁਤ ਜ਼ਿਆਦਾ ਹੋ ਗਿਆ, 3 ਮੱਝਾਂ ਸੀ ਅਤੇ ਸਾਡੇ ਝੋਟੇ ਦੀਆਂ ਜਮ੍ਹਾਂ ਹੀ ਅੱਖਾਂ ਗਈਆਂ, ਦਿਸ ਨੂੰ ਜਮ੍ਹਾਂ ਹੀ ਗਿਆ। ਹਾਂਜੀ, ਡਾਕਟਰ ਜਵਾਬ ਦੇ ਗਿਆ, ਨੁਕਸਾਨ ਬਹੁਤ ਹੋ ਗਿਆ, ਸਾਨੂੰ ਕੋਈ ਹੱਲ ਹੋਣਾ ਚਾਹੀਦਾ। ਇਨਸਾਨਾਂ ਵੱਲੋਂ ਲਗਾਈ ਗਈ ਅੱਗ ਦਾ ਨੁਕਸਾਨ ਕੁਦਰਤ ਨੂੰ ਤਾਂ ਹੋ ਹੀ ਰਿਹਾ, ਪਰ ਦੂਜੇ ਪਾਸੇ ਇਨਸਾਨ ਕਿਤੇ ਨਾ ਕਿਤੇ ਆਪਣਾ ਤੇ ਆਪਣੇ ਆਲੇ ਦੁਆਲੇ ਦਾ ਨੁਕਸਾਨ ਵੀ ਜ਼ਰੂਰ ਕਰ ਰਿਹਾ ਹੈ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਦੀ ਰਿਪੋਰਟ, ਵਰਲਡ ਪੰਜਾਬੀ ਟੀਵੀ।